ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਖਰੀ ਖਰੀ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਬਾਰੇ। ਜੀ ਹਾਂ, ਇੱਕ ਦਹਾਕੇ ਦੇ ਬਾਅਦ ਕਹਿ ਲਈਏ ਕਿ 1990ਵੇਂ ਦੇ ਦਹਾਕੇ ਤੋਂ ਬਾਅਦ ਜਿਹੜੀ ਹੈ ਉਹਨਾਂ ਦੇ ਕਤਲ ਦੀ, ਇੱਕ ਅੰਨੇ ਕਤਲ ਦੀ ਜਿਹੜੀ ਹੈ ਫਾਈਲ ਦੁਬਾਰਾ ਖੁੱਲ੍ਹੀ ਹੈ, ਜਿਸ ਨੇ ਇਸ ਫਾਈਲ ਨੇ ਕਈ ਆਗੂਆਂ ਨੂੰ ਸਿੱਧੇ ਅਸਿੱਧੇ ਤੌਰ 'ਤੇ ਕਹਿ ਲਈਏ ਕਿ ਪੰਥਕ ਪਾਰਟੀ ਅਖਵਾਉਣ ਵਾਲੇ ਆਗੂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਜਾਂ ਕਹਿ ਲਈਏ ਕਿ ਪੂਰੇ ਦਾ ਪੂਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੋਂ ਜਿਹੜਾ ਪਰਦਾ ਚੱਕਿਆ। ਪਿਛਲੇ ਦਿਨੀ ਗੁਰਦੇਵ ਸਿੰਘ ਕੌਂਕੇ ਦੀ ਬਰਸੀ ਜਿਹੜੀ ਹੈ ਉਹ ਮਨਾਈ ਗਈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੀ ਜਥੇਦਾਰ ਕੌਂਕੇ ਸਾਹਿਬ ਦੀ ਜਿਹੜੀ ਹੈ ਉਹ ਬਰਸੀ ਮਨਾਈ ਜਾਂਦੀ ਹੈ, ਅਤੇ ਉੱਥੇ ਇੱਕ ਮੰਗ ਕੀਤੀ ਜਾਂਦੀ ਹੈ, ਮਤਾ ਪਾਇਆ ਜਾਂਦਾ ਜਿਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜਿਹੜੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਇੱਕ ਮੰਗ ਪੱਤਰ ਵੀ ਦਿੰਦੇ ਨੇ ਅਤੇ ਮੰਗ ਕਰਦੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਦੇ ਮੁਖੀ ਵੀ ਰਹਿ ਚੁੱਕੇ ਨੇ ਜਾਂ ਉਸ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਬਣਦੇ ਰਹੇ ਨੇ, ਅਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਇੱਕ ਅਵਾਰਡ, ਇੱਕ ਸਨਮਾਨ ਜਿਹੜਾ ਦਿੱਤਾ ਗਿਆ ਸੀ, ਫਖਰ ਏ ਕੌਮ। ਸੋ ਹਰਮੀਤ ਸਿੰਘ ਕਾਲਕਾ ਹੋਣਾ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਜਿਹੜਾ ਫਖਰ ਏ ਕੌਮ ਦਾ ਜਿਹੜਾ ਸਨਮਾਨ ਉਹ ਵਾਪਸ ਲੈ ਲਿਆ ਜਾਵੇ। ਹੁਣ ਗੱਲ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਬਨਾਮ ਡੇਰਾ ਸੱਚਾ ਸੌਦਾ, ਜਾਂ ਗੱਲ ਕਰ ਲਈਏ ਮੁਆਫੀਨਾਮੇ ਦੀ, ਜਾਂ ਗੱਲ ਕਰ ਲਈਏ ਬਰਗਾੜੀ ਕੇਸ ਦੀ। ਪੰਜਾਬ ਦੇ ਵਿੱਚ ਪੰਥਕ ਧਿਰਾਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਸਿੱਧੇ ਤੌਰ 'ਤੇ ਨਿਸ਼ਾਨਾ ਸਾਧਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਦੇ ਆਗੂਆਂ ਵੱਲੋਂ ਕਹਿਣ ਦੇ ਉੱਤੇ ਹੀ ਡੇਰਾ ਸੱਚਾ ਸੌਦਾ ਸਾਧ ਨੂੰ ਇੱਕ ਮੁਆਫੀ ਵੀ ਦਿੱਤੀ ਜਾਂਦੀ ਹੈ। ਸੋ ਉਸ ਸਮੇਂ ਦੇ ਜਥੇਦਾਰ ਹੁਣਾਂ ਵੱਲੋਂ ਜਿਹੜੀ ਹੈ ਕਹਿ ਲਓ ਕਿ ਮਾਫੀ ਡੇਰਾ ਸੱਚਾ ਸੌਦਾ ਸਾਧ ਨੂੰ ਦਿੱਤੀ ਜਾਂਦੀ ਹੈ, ਜਿਸ ਨੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦਾ ਜਿਹੜਾ ਇੱਕ ਕਣਵੰਜ ਰਚਿਆ ਸੀ। ਸੋ ਦੂਸਰੇ ਪਾਸੇ ਗੱਲ ਕਰੀਏ ਬਰਗਾੜੀ ਕਾਂਡ ਦੀ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਇਨਸਾਫ ਮੰਗਦੇ ਸ਼ਾਂਤਮਈ ਬੈਠੇ ਲੋਕਾਂ ਦੇ ਉੱਤੇ ਗੋਲੀ ਚੱਲ ਜਾਂਦੀ ਹੈ, SIT ਬਣਦੀ ਹੈ, ਕਈ ਤਰ੍ਹਾਂ ਦੀਆਂ ਜਿਹੜੀ ਤਫਤੀਸ਼ੀ ਟੀਮਾਂ ਜਿਹੜੀਆਂ ਬੈਠਦੀਆਂ ਨੇ, ਪਰ ਕੋਈ ਵੀ ਜਾਂਚ ਪੜਤਾਲ ਕਿਸੇ ਕਿਨਾਰੇ ਨਹੀਂ ਲੱਗਦੀ। ਭਾਵੇਂ ਕਿ ਮੌਕੇ ਦੀ ਸੂਬਾ ਸਰਕਾਰ ਵੱਲੋਂ ਵੀ ਇਲੈਕਸ਼ਨ ਤੋਂ ਪਹਿਲਾਂ, ਚੋਣਾਂ ਤੋਂ ਪਹਿਲਾਂ ਇਹ ਦਾਅਵੇ ਕੀਤੇ ਜਾਂਦੇ ਸਨ ਕਿ ਸਾਡੀ ਸਰਕਾਰ ਬਣਾ ਦਿਓ, ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹਾਂ ਦੇ ਅੰਦਰ ਸੁੱਟ ਦਿੱਤਾ ਜਾਵੇਗਾ, ਪਰ ਕਿਤੇ ਨਾ ਕਿਤੇ ਜਾ ਕੇ ਫਿਰ ਉਹ SIT ਕਹਿ ਲਈਏ ਉਹ ਤਫਤੀਸ਼ੀ ਟੀਮਾਂ ਜਿਹੜੀਆਂ ਕਿਤੇ ਨਾ ਕਿਤੇ ਖੁੰਝੇ ਲੱਗ ਜਾਂਦੀਆਂ ਨੇ। ਅਜਿਹੇ ਹੀ ਮਾਮਲੇ ਦੇ ਵਿੱਚ ਗੱਲ ਕਰੀਏ ਕਿ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਹੋਣਾ ਵੱਲੋਂ ਵੀ ਟਵੀਟ ਸਾਂਝੇ ਕੀਤੇ ਜਾਂਦੇ ਨੇ ਕਿ ਮੈਂ ਇਸ ਪਾਰਟੀ ਦੇ ਉੱਤੇ ਭਰੋਸਾ ਕੀਤਾ, ਪਰ ਕਿਤੇ ਨਾ ਕਿਤੇ ਇਹ ਪਾਰਟੀ ਵੀ ਆਪਣੇ ਵਾਅਦਿਆਂ ਤੋਂ ਮੁਨਕਰ ਹੁੰਦੀ ਜਾਪਦੀ ਹੈ, ਕਿਉਂਕਿ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਵੀ ਉਹ ਵੀ ਇੱਕ ਟਾਈਮ 'ਤੇ SIT ਦਾ ਹਿੱਸਾ ਰਹੇ ਨੇ, SIT ਦੇ ਮੁਖੀ ਰਹੇ ਨੇ। ਸੋ ਹੁਣ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋ ਗਏ, ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ, ਮੁਆਫੀ ਮੰਗੀ ਜਾਂਦੀ ਹੈ। ਜੀ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੁੰਦੇ ਨੇ ਅਤੇ ਮੁਆਫੀ ਮੰਗਦੇ ਨੇ, ਕਹਿੰਦੇ ਨੇ ਕਿ ਸਾਡੀ ਸਰਕਾਰ ਦੌਰਾਨ ਬੇਅਦਬੀਆਂ ਹੁੰਦੀਆਂ ਨੇ ਅਤੇ ਸਾਡੀ ਸਰਕਾਰ ਵੱਲੋਂ ਦੋਸ਼ੀਆਂ ਨੂੰ ਫੜਨ ਦੇ ਵਿੱਚ ਢਿੱਲ ਰਹਿੰਦੀ ਹੈ, ਸੋ ਇਸ ਕਰਕੇ ਅਸੀਂ ਮੁਆਫੀ ਮੰਗਦੇ ਹਾਂ। ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਆਉਣ ਵਾਲੀਆਂ
ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਹੁਣ ਸੁਖਬੀਰ ਸਿੰਘ ਬਾਦਲ ਹੁਣੀ ਸਰਗਰਮ ਹੋਏ ਨੇ, ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਜਿਹੜੀ ਆ ਸਰਗਰਮ ਹੋਈ ਆ, ਕਿਉਂਕਿ ਕਿਤੇ ਨਾ ਕਿਤੇ ਪੰਥਕ ਪਾਰਟੀ ਕਹਾਉਣ ਵਾਲੀ ਇੱਕ ਕਹਿ ਲਈਏ ਕਿ ਸੱਤਾ ਦੇ ਵਿੱਚ ਪੂਰੀ ਪਾਵਰ ਦੇ ਵਿੱਚ ਰਹੀ ਹੈ, ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਜਾਂ ਹੁਣ 2022 ਦੀਆਂ ਚੋਣਾਂ ਹੁੰਦੀਆਂ ਨੇ ਤਾਂ ਇੱਕਦਮ ਜਿਹੜੀ ਹੈ ਇਹ ਪਾਰਟੀ ਸਿਖਰ ਤੋਂ ਥੱਲੇ ਡਿੱਗ ਜਾਂਦੀ ਹੈ। ਮਸਾਂ 2 ਸੀਟਾਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਮਿਲਦੀਆਂ ਨੇ ਜੋ ਕਿ ਨਾ ਮਾਤਰ ਨੇ ਕਹਿ ਲਈਏ, ਵਿਰੋਧੀ ਧਿਰ ਬਣਨ ਤੋਂ ਵੀ ਖੂੰਜੇ ਰਹਿ ਜਾਂਦੇ ਨੇ। ਹੁਣ ਗੱਲ ਕਰਦੇ ਹਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਦੀ। ਜੀ ਹਾਂ, 1986 ਤੋਂ ਲੈ ਕੇ 1993 ਤੱਕ ਜਥੇਦਾਰ ਕੌਂਕੇ, ਗੁਰਦੇਵ ਸਿੰਘ ਕੌਂਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿੰਦੇ ਨੇ, ਅਤੇ ਮਾਮਲਾ ਸ਼ੁਰੂ ਹੁੰਦਾ ਉਹਨਾਂ ਦੇ ਕਤਲ ਤੋਂ, ਜਾਂ ਅੰਨੇ ਕਤਲ ਦੀ ਗੱਲ ਕਰ ਲਈਏ। ਸਰਵਨ ਸਿੰਘ ਘੋਟਣਾ, ਜਿਸ ਦਾ ਸਿੱਧਾ ਨਾਮ ਲਿਆ ਜਾਂਦਾ ਹੈ ਜਥੇਦਾਰ ਕੌਂਕੇ ਦੀ ਮੌਤ ਦੇ ਪਿੱਛੇ। ਜੀ ਹਾਂ, ਜਥੇਦਾਰ ਕੌਂਕੇ ਦੀ ਮੌਤ ਹੁੰਦੀ ਹੈ ਜਗਰਾਉਂ ਦੇ ਥਾਣੇ ਦੇ ਵਿੱਚ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਟੋਟੇ ਟੋਟੇ ਕਰਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ, ਜਾਂ ਤਸੀਹੇ ਦਿੱਤੇ ਜਾਂਦੇ ਨੇ ਸਰਵਨ ਸਿੰਘ ਘੋਟਣਾ, ਜੋ ਕਿ ਉਸ ਸਮੇਂ ਦਾ DSP ਸੀ ਜਾਂ ਉਸ ਵੇਲੇ ਦਾ ਸੀਨੀਅਰ ਪੁਲਿਸ ਅਫਸਰ ਸੀ। ਹੁਣ ਗੱਲ ਕੀਤੀ ਜਾਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਜਥੇਦਾਰ ਕੌਂਕੇ ਦੇ ਨਾਲ ਕੀ ਸੰਬੰਧ ਹੈ। ਗੱਲ 1984 ਤੋਂ ਬਾਅਦ ਦੀਆਂ ਇਲੈਕਸ਼ਨਾਂ ਦੀ ਕਰ ਲਈਏ, ਕਿਉਂਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ, ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦੀ ਇੰਨੀ ਕੁ ਲੋਕਾਂ ਦੇ ਵਿੱਚ ਇੱਜ਼ਤ ਮਾਣ ਸਤਿਕਾਰ ਹੁੰਦਾ ਹੈ, ਕਿਉਂਕਿ ਉਹ ਕੋਈ ਵੀ ਉੱਥੋਂ ਆਪਣਾ ਸੰਦੇਸ਼ ਜਾਰੀ ਕਰਨ ਤਾਂ ਸਿੱਖ ਸੰਗਤਾਂ ਦੇ ਸਿਰ ਮੱਥੇ ਹੁੰਦਾ ਹੈ। ਅਤੇ ਉਸ ਸਮੇਂ ਦੀਆਂ ਇਲੈਕਸ਼ਨਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਜਿਹੜੀ ਹੈ ਉਹ ਜ਼ਮਾਨਤ ਵੀ ਜ਼ਬਤ ਹੁੰਦੀ ਹੈ, ਕਿਉਂਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗੁਰਦੇਵ ਸਿੰਘ ਕੌਂਕੇ ਉਸ ਸਮੇਂ ਪ੍ਰਚਾਰ ਦੇ ਵਿੱਚ ਵੀ ਸਿਖਰ 'ਤੇ ਸਨ, ਸਿੱਖ ਸੰਗਤਾਂ ਦੇ ਵਿੱਚ ਧਰਮ ਦਾ ਪ੍ਰਚਾਰ ਕਰਦੇ ਸਨ, ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਨੇ ਜਾ ਕੇ ਪ੍ਰਚਾਰ ਕੀਤਾ ਜਿੱਥੇ ਅੱਜ ਡੇਰਾਵਾਦ ਦਾ ਪੂਰਾ ਜ਼ੋਰ ਹੈ। ਮਾਲਵੇ ਦੇ ਕਈ ਇਲਾਕਿਆਂ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਉਹਨਾਂ ਨੇ ਅੰਮ੍ਰਿਤਧਾਰੀ ਬਣਾਇਆ, ਅੰਮ੍ਰਿਤ ਛਕਾਇਆ ਅਤੇ ਗੁਰੂ ਦੇ ਨਾਲ ਜੋੜਿਆ। ਸੋ ਕਿਤੇ ਨਾ ਕਿਤੇ ਜਾ ਕੇ ਗੱਲ ਕਰੀਏ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ, ਤਾਂ ਦੂਸਰੇ ਪਾਸੇ MP ਬਣਦੇ ਨੇ ਸਿਮਰਨਜੀਤ ਸਿੰਘ ਮਾਨ, ਬੀਬੀ ਬਿਮਲ ਕੌਰ ਖਾਲਸਾ। ਸੋ ਇਲੈਕਸ਼ਨਾਂ ਸਿਰ 'ਤੇ ਜਾਂ MP ਬਣ ਜਾਣਾ, ਦੂਸਰੀਆਂ ਮੌਕੇ ਦੀਆਂ ਪਾਰਟੀਆਂ ਜਿਹੜੀਆਂ ਹੈ ਉਹਨਾਂ ਦੇ ਹੱਥੋਂ ਜਿਹੜੀ ਆ ਸੱਤਾ ਖਿਸਕਦੀ ਨਜ਼ਰ ਆਉਂਦੀ ਸੀ। ਸੋ ਕਿਤੇ ਨਾ ਕਿਤੇ ਜਾ ਕੇ ਫਿਰ ਉੱਪਰੋਂ ਪ੍ਰੈਸ਼ਰ ਪੈਂਦਾ ਹੈ, ਸਰਵਨ ਸਿੰਘ ਘੋਟਣੇ ਦੀ ਡਿਊਟੀ ਲੱਗਦੀ ਹੈ ਕਿ ਤੇਰੇ ਹੁੰਦਿਆਂ ਕੋਈ ਇੰਨਾ ਸਿਰ ਚੁੱਕ ਰਿਹਾ, ਇਸ ਨੂੰ ਦਬਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਵੇ। ਕਿਤੇ ਨਾ ਕਿਤੇ ਖੁੰਦਕ ਕੱਢੀ ਕਿ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਦਾ ਜਿਹੜਾ ਫਿਰ ਉਹਨਾਂ ਦੇ ਉੱਤੇ ਪ੍ਰੈਸ਼ਰ, ਉਹਨਾਂ ਨੂੰ ਪ੍ਰੈਸ਼ਰਾਈਜ਼ਡ ਕੀਤਾ ਜਾ ਰਿਹਾ, DSP ਦੀ ਡਿਊਟੀ ਲਾ ਦਿੱਤੀ ਜਾਂਦੀ ਹੈ ਕਿ ਜਥੇਦਾਰ ਨੂੰ ਪਾਸੇ ਕਰ ਦਿੱਤਾ ਜਾਵੇ। ਸੋ ਇਹ ਮਾਮਲੇ ਜਿਹੜੇ ਸੀਗੇ 1990 ਜਿਹੜੇ ਦੌਰ ਦੇ ਆਪਾਂ ਗੱਲ ਕਰ ਰਹੇ ਹਾਂ। ਸੋ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ 5 ਵਜੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਦੇ ਘਰ ਜਾ ਕੇ ਮੁਲਾਕਾਤ ਕਰਨ ਦਾ ਸਮਾਂ ਸੀ। ਗੱਲ ਮੁੱਕਦੀ ਇਹ ਹੈ ਕਿ ਹੁਣ ਜਦੋਂ ਪੰਜਾਬ ਦੀਆਂ ਪੰਥਕ ਧਿਰਾਂ ਜਾਂ ਪੰਜਾਬ ਦੇ ਸਿੱਖ ਚਿਹਰੇ ਪੰਥਕ ਪਾਰਟੀ ਕਹਾਉਣ ਵਾਲੇ ਇਹਨਾਂ ਆਗੂਆਂ ਦੇ ਖਿਲਾਫ ਹੋ ਗਏ, ਤਾਂ ਸੁਖਬੀਰ ਸਿੰਘ ਬਾਦਲ ਹੁਣੀ ਜਾਂ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਇਹਨਾਂ ਆਗੂਆਂ ਦੇ ਘਰਾਂ ਦੇ ਵਿੱਚ ਜਾ ਕੇ ਮੁਆਫੀਆਂ ਮੰਗ ਰਹੀ ਹੈ। ਮੁਆਫੀ ਮੰਗਣੀ ਅਜਿਹੇ ਸਮੇਂ ਦੇ ਉੱਤੇ ਜਦੋਂ ਕਿ ਫਾਈਲਾਂ ਸਾਰੇ ਕੱਚੇ ਚਿੱਠੇ
ਓਪਨ ਕਰ ਰਹੀਆਂ, ਕੱਚੇ ਚਿੱਠੇ ਖੋਲ੍ਹ ਰਹੀਆਂ, ਇਹਨਾਂ ਦੇ ਭੇਦ ਖੋਲ੍ਹ ਰਹੀਆਂ ਇਹ ਫਾਈਲਾਂ, ਤਾਂ ਉਸ ਸਮੇਂ ਦੇ ਵਿੱਚ ਜਾ ਕੇ ਇਹਨਾਂ ਆਗੂਆਂ ਦੇ, ਇਹਨਾਂ ਜਿਹੜੇ ਸ਼ਹੀਦਾਂ ਦੀ ਗੱਲ ਕਰ ਲਈਏ, ਇਹਨਾਂ ਜਿਹੜੇ ਕੌਮ ਦੇ ਪ੍ਰਤੀ ਵਫ਼ਾਦਾਰ ਰਹੇ ਸਨ ਜਾਂ ਜਥੇਦਾਰ ਕੌਂਕੇ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਹਿ ਲਈਏ, ਇਹਨਾਂ ਦੇ ਹੁਣ ਘਰ ਦੇ ਵਿੱਚ ਜਾ ਕੇ ਮਾਫ਼ੀ ਮੰਗਣਾ ਕਿੰਨਾ ਕੁ ਪਾਰਟੀ ਨੂੰ ਫਾਇਦੇਮੰਦ ਜਿਹੜਾ ਹੈ ਉਹ ਸਾਬਤ ਕਰਦੀ ਹੈ, ਜਾਂ ਇਹ ਮਾਫ਼ੀ ਮੰਗਣਾ ਉਹਨਾਂ ਦੇ ਲਈ ਲਾਹੇਵੰਦ ਹੋਵੇਗਾ ਜਾਂ ਨਹੀਂ ਹੋਵੇਗਾ, ਕਿਤੇ ਨਾ ਕਿਤੇ ਇਹ ਵੀ ਚੀਜ਼ ਸਾਹਮਣੇ ਆਉਂਦੀ ਹੈ ਕਿ ਆਪਣੇ ਸਿਰਫ ਰਾਜਨੀਤਿਕ ਫਾਇਦੇ ਦੇ ਲਈ ਜਿਹੜਾ ਹੈ ਹੁਣ ਸੁਖਬੀਰ ਸਿੰਘ ਬਾਦਲ ਹੋਣੀ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਹੈ, ਕਿਤੇ ਆਪਣੇ ਰਾਜਨੀਤਿਕ ਫਾਇਦੇ ਲਈ ਤਾਂ ਨਹੀਂ ਇਹ ਜਿਹੜੇ ਆ ਮਾਫ਼ੀਆਂ ਮੰਗਣ ਦਾ ਦੌਰ ਇਹਨਾਂ ਨੇ ਸ਼ੁਰੂ ਕੀਤਾ? ਕੀ ਇਹਨਾਂ ਮਾਫ਼ੀ ਮੰਗਣ ਦੇ ਦੌਰ ਦੇ ਵਿੱਚ ਉਹਨਾਂ ਨੂੰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ, ਆਉਣ ਵਾਲੀਆਂ ਚੋਣਾਂ ਦੇ ਵਿੱਚ ਕੋਈ ਫਾਇਦਾ ਵੀ ਹੋਵੇਗਾ ਜਾਂ ਨਹੀਂ? ਕਿਉਂਕਿ ਗੱਲ ਕਰੀਏ ਵਿਦੇਸ਼ਾਂ ਦੇ ਵਿੱਚ ਵੱਸਦੀ ਸਿੱਖ ਸੰਗਤ ਦੀ, ਤਾਂ ਉਹਨਾਂ ਵੱਲੋਂ ਵੀ ਇਹ ਮੰਗ ਕੀਤੀ ਗਈ ਸੀ ਕਿ ਜਿਹੜੀ ਹੈ ਜਿਹੜੇ ਗਿਆਨੀ ਗੁਰਬਚਨ ਸਿੰਘ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਦਿਨ ਬ ਦਿਨ ਜਦੋਂ ਅਕਾਲੀ ਦਲ ਬਾਦਲ ਸੱਤਾ ਦੇ ਵਿੱਚ ਸੀ, ਪਾਰਟੀ ਸੱਤਾ ਦੇ ਵਿੱਚ ਸੀ, ਤਾਂ ਇਹ ਵੀ ਕਿਹਾ ਜਾਂਦਾ ਸੀ ਕਿ ਜਥੇਦਾਰ ਜਿਹੜੇ ਨੇ ਉਹ ਲਿਫਾਫਿਆਂ ਦੇ ਵਿੱਚੋਂ ਨਿਕਲਦੇ ਨੇ, ਪਰ ਹੁਣ ਗੱਲ ਇਹ ਹੈ ਕਿ ਉਸ ਸਮੇਂ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਗਿਆ, ਪ੍ਰੈਸ਼ਰਾਈਜ਼ਡ ਕੀਤਾ ਜਾਂਦਾ ਹੈ, ਗਿਆਨੀ ਗੁਰਬਚਨ ਸਿੰਘ ਸਰਵਨ ਸਿੰਘ ਘੋਟਣੇ ਦੇ ਭੋਗ ਦੇ ਉੱਤੇ ਰਾਗੀ ਜਥੇ ਨੂੰ ਭੇਜਦੇ ਨੇ, ਅਤੇ ਰਾਗੀ ਜਥਾ ਸਿੱਧੇ ਤੌਰ 'ਤੇ ਨਿਸ਼ਾਨਾ ਸਾਧਦਾ ਕਿ ਸਾਨੂੰ ਉੱਪਰੋਂ ਲੀਡਰਸ਼ਿਪ ਨੇ ਮਜਬੂਰ ਕੀਤਾ, ਸਾਨੂੰ ਲੀਡਰਸ਼ਿਪ ਨੇ ਜਿਹੜਾ ਹੈ ਪ੍ਰੈਸ਼ਰਾਈਜ਼ਡ ਕੀਤਾ ਸੀਗਾ ਜਾਣ ਲਈ। ਸੋ ਵਿਦੇਸ਼ੀ ਸੰਗਤਾਂ, ਵਿਦੇਸ਼ਾਂ ਦੇ ਵਿੱਚ ਵੱਸਦੀ ਸਿੱਖ ਸੰਗਤ ਇਹ ਗੱਲ ਕਹਿੰਦੀ ਹੈ ਕਿ ਗੁਰਬਚਨ ਸਿੰਘ ਨੂੰ ਜਿਹੜਾ ਹੈ ਪੰਥ ਦੇ ਵਿੱਚੋਂ ਛੇਕਿਆ ਜਾਵੇ। ਦੂਸਰੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ ਉਹ ਵੀ ਮੰਗ ਪੱਤਰ ਦਿੱਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਤੋਂ ਜਿਹੜਾ ਹੈ ਫਖਰੀ ਕੌਮ ਸਨਮਾਨ ਉਹ ਵਾਪਸ ਲੈ ਲਿਆ ਜਾਵੇ। ਸੋ ਇਹਨਾਂ ਪੂਰੇ ਇਸ ਪੂਰੇ ਮਾਮਲੇ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੀ ਸਟੈਂਡ ਰਹੇਗਾ, ਕਿਉਂਕਿ ਸਿੱਖ ਸੰਗਤਾਂ ਜਾਂ ਪੰਥਕ ਜਥੇਬੰਦੀਆਂ ਇਹਨਾਂ ਮਾਮਲਿਆਂ ਦੇ ਵਿੱਚ ਇਸ ਪਾਰਟੀ ਤੋਂ ਪੈਰ ਪਿੱਛੇ ਕਰਦੀ ਨਜ਼ਰ ਆ ਜਿਹੜੀਆਂ ਆ ਰਹੀਆਂ ਨੇ। ਪਾਰਟੀਆਂ ਜਿਹੜੀਆਂ ਨੇ, ਪੰਥਕ ਧਿਰਾਂ, ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਥ ਛੱਡਦੀਆਂ ਨਜ਼ਰ ਆ ਰਹੀਆਂ ਨੇ। ਸੋ ਹੁਣ ਵੇਖਣਾ ਇਹ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀਆਂ ਮਾਫ਼ੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿੰਨਾ ਕੁ ਫਾਇਦਾ ਪਹੁੰਚਾਉਂਦੀਆਂ ਨੇ।